ਕੀ ਲੱਗਦਾ ਦਾ ਸਰ ਮੇਰਾ ਨਾਮ ਵਿੱਕੀ ਤੇ ਕੀ ਕੀ ਲੱਗਦੇ ਸੀ ਆਪਣਾ ਇਹ ਮੇਰੇ ਮਾਮਾ ਜੀ ਤੇ ਮਾਮੀ ਜੀ ਲੱਗਦੇ ਸੀ ਤੇ ਕਿੱਥੋਂ ਆ ਰਹੇ ਸੀ ਇਹ ਜੀ ਜਲੰਧਰ ਆ ਰਹੇ ਸੀਗੇ ਤੇ ਫਿਰੋਜ਼ਪੁਰ ਆਉਣਾ ਸੀਗਾ ਇਹਨਾਂ ਨੇ ਫਿਰੋਜ਼ਪੁਰ ਕਿਹੜੀ ਜਗ੍ਹਾ ਤੇ ਆਉਣਾ ਫਿਰੋਜ਼ਪੁਰ ਇਹਨਾਂ ਨਾਮ ਸੀਗਾ ਬੇਦੀ ਕਲੋਨੀ ਕਿਹਨਾਂ ਨਾਲ ਮਿਲਣ ਵਾਸਤੇ ਆ ਇੱਥੇ ਮੈਂ ਮਾਮੀ ਜੀ ਮਾਸੀ ਜੀ ਰਹਿੰਦੇ ਨੇ ਉਹਨਾਂ ਕੋ ਆਉਣਾ ਸੀਗਾ ਮੇਰੇ ਮਾਮੂ ਤੇ ਮਾਮਾ ਜੀ ਨੇ ਹਾਂਜੀ ਨਾਲ ਮੇਰਾ ਬ੍ਰਦਰ ਸੀਗਾ ਛੋਟਾ ਤੇ ਨਾਲ ਮੇਰੇ ਮਾਮਾ ਜੀ ਦਾ ਲੱਗਦਾ ਸੀਗਾ ਨਾਲ ਹੀ ਸੀਗੇ ਹਾਂਜੀ ਇਹ ਨਾਲ ਹੀ ਅੱਗੇ ਪਿੱਛੇ ਹੋ ਗਏ ਸੀਗੇ ਇਸ ਕਾਰਨ ਪਤਾ ਨਹੀਂ ਉਹ ਵੀ ਮੋਟਰਸਾਈਕਲ ਤੇ ਹਾਂਜੀ ਉਹ ਵੀ ਬਾਈਕ ਤੇ ਸੀਗੇ ਉਹ ਬੁਲਟ ਬਾਈਕ ਤੇ ਸੀਗੇ ਇਹ ਪਲਸਰ ਤੇ ਸੀਗੇ ਅੱਛਾ ਅੱਛਾ ਤੇ ਰਸਤੇ 'ਚ ਕਿੱਥੇ ਕਰਕੇ ਐਕਸੀਡੈਂਟ ਇਹਨਾਂ ਦਾ ਰਸਤੇ 'ਚ ਇੱਕ ਕੱਚਾ ਜੀਰਾ ਹੋਇਆ ਕੱਚੇ ਜ਼ਿਲ੍ਹੇ ਜੀਰਾ ਰੋਡ ਹਾਂਜੀ ਕੱਚਾ ਜੀਰਾ ਕੋਲ ਰੋਡ ਹੋਇਆ ਤੇ ਇਹ ਕਿੰਦੇ 'ਚ ਮੋਟਰਸਾਈਕਲ ਕਿੰਦੇ 'ਚ ਵੱਜਿਆ ਜਾ ਮੋਟਰਸਾਈਕਲ ਦਾ ਹੀ ਦੇਖੋ ਪਤਾ ਨਹੀਂ ਲੱਗ ਰਿਹਾ ਲੇਕਿਨ ਸਵੇਰ ਵੱਜਾ ਤੇ ਬਹੁਤ ਹੀ ਸੰਨਤਾ ਦੀ ਘਟਨਾ ਹੋਈ ਆ ਦੋਨਾਂ ਦੀ ਡੈਥ ਹੋ ਗਈ ਦੋਨਾਂ ਦੀ ਮੌਕੇ ਤੇ ਹਾਂ ਹੁਣ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜਲਦ ਤੋਂ ਜਲਦ ਸਾਨੂੰ ਇਨਸਾਫ ਦਿੱਤਾ ਜਾਵੇ ਤੁਹਾਡੀ ਜੋ ਬੰਦੀ ਕਰ ਰਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਲਵੀਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਡਿਫੈਂਸ ਕਲੋਨੀ ਹਾਂਜੀ ਹਾਂਜੀ ਜਿਹੜਾ ਐਕਸੀਡੈਂਟ ਹੋਇਆ ਇਹ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਦਾ ਕਾਰਨ ਤਾਂ ਜ਼ਿਆਦਾਤਰ ਲੱਗਦਾ ਇਹ ਜਿਹੜੇ ਸੀਵਰੇਜ ਹੈ ਇਹ ਜੋ ਉੱਚੇ ਬਣਾਏ ਹੋਏ ਨੇ ਇਹਦੇ ਕਾਰਨ ਹੀ ਜ਼ਿਆਦਾ ਸ਼ੱਕ ਦੇ ਤੌਰ ਤੇ ਅਸੀਂ ਬੋਲ ਸਕਦੇ ਵੀ ਇਹਦੇ ਵਿੱਚ ਵੱਜਿਆ ਕਿਉਂਕਿ ਇਧਰੋਂ ਸਪੀਡ ਨਾਲ ਆਇਆ ਸਪੀਡ ਨਾਲ ਇਹਦੇ ਰਸਤੇ ਤੇ ਨਾ ਵੱਜਿਆ ਇਹ ਅੱਜ ਹੀ ਨਹੀਂ ਐਕਸੀਡੈਂਟ ਪਹਿਲਾਂ ਵੀ ਐਕਸੀਡੈਂਟ ਹੋਏ ਕਿੰਨੇ ਇੱਥੇ ਐਕਸੀਡੈਂਟ ਹੋ ਚੁੱਕੇ ਨੇ ਬਹੁਤ ਐਕਸੀਡੈਂਟ ਹੁੰਦੇ ਨੇ ਇੱਥੇ ਕਈ ਵਾਰ ਦਿਨ ਵੇਲੇ ਲੇਡੀਜ਼ ਮੋਟਰਸਾਈਕਲ ਬਹੁਤ ਡਿੱਗਦੇ ਨੇ ਵੀ ਉਹਦੇ ਨਾਲ ਵੱਜ ਕੇ ਸੀਵਰੇਜ ਨਾਲ ਵੱਜ ਕੇ ਸੀਵਰੇਜ ਗਲਤ ਬਣਾਇਆ ਗਿਆ ਇਹ ਮਾਰਕੀਟ ਕਮੇਟੀ ਦਾ ਉਹਨਾਂ ਨੂੰ ਚਾਹੀਦਾ ਸੀ ਪਲੇਨ ਬਣਾਉਣਾ ਅਤੇ ਜਾਂ ਥੋੜ੍ਹਾ ਜਿਹਾ ਉਹਨੂੰ ਪ੍ਰੋਪਰ ਹੋਵੇ ਜਾਂ ਮੋਟਰਸਾਈਕਲ ਲੰਘ ਜਾਏ ਉਹਨਾਂ ਤੋਂ ਵੱਜਦਾ ਮੋਟਰਸਾਈਕਲ ਆਉਂਦਾ ਪਤਾ ਨਹੀਂ ਚੱਲਦਾ ਤਾਂ ਉਹ ਸਾਈਡ ਲੈਂਦੇ ਸਾਈਡ ਦੇ ਜੱਟਦਾ ਵੱਜਦਾ ਅਤੇ ਮੋਟਰਸਾਈਕਲ ਡਿੱਗ ਪੈਂਦਾ ਜੇ ਪਿਛਲੀ ਸਵਾਰੀ ਡਿੱਗ ਪੈਂਦੀ ਹੋਰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਦੇ ਵਾਲੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵੀ ਆ ਜਿਹੜੇ ਰੋਡ ਬਣੇ ਨੇ ਰੋਡ ਦੇ ਵਿੱਚ ਆ ਜਿਹੜੇ ਸੀਵਰੇਜ ਪਾਏ ਹੋਏ ਨੇ ਸੀਵਰੇਜ ਪੈਪਾਂ ਪਾਈਆਂ ਵਿੱਚੋਂ ਬੈਠੀ ਜਾਂਦੀ ਸੜਕ ਅਤੇ ਸੜਕ ਜਿਹੜੇ ਪਤਾ ਨਹੀਂ ਲੱਗਦਾ ਆਮ ਆਦਮੀ ਨੂੰ ਸਪੀਡ ਤੇ ਆਦਾ ਤਾਂ ਉਹਦੇ ਵਿੱਚ ਵੱਜ ਕੇ ਡਿੱਗ ਪੈਂਦੇ ਇਸੇ ਤਰ੍ਹਾਂ ਹੀ ਐਕਸੀਡੈਂਟ ਇਹ ਦੋ ਬੀਵੀ ਆ ਬੀਬੇ ਦੇ ਵੀ ਲੱਗਦਾ ਇਸੇ ਤਰ੍ਹਾਂ ਹੀ ਵੀ ਰਾਤ ਨੂੰ 11:30 ਹੋਇਆ ਇਹਨੇ ਵੇਖਿਆ ਨਹੀਂ ਗਾਹੀ ਇਸੇ ਤਰ੍ਹਾਂ ਹੀ ਹੋਇਆ ਠੀਕ ਇਸੇ ਦਾ ਕਾਰਨ ਇਸੇ ਦਾ ਹੀ ਹੈ ਸਾਡੀ ਨਿਸ਼ਾਨ ਵੀ ਕੀ ਨਾਂ ਤੁਹਾਡਾ ਗੌਰਵ ਕੁਮਾਰ ਗੌਰਵ ਇਹ ਜਿਹੜੀ ਦੱਸ ਹੋਈ ਕਿਸ ਕਰਕੇ ਹੋਈ ਇਹ ਬਾਈਕ ਤੇ ਆ ਰਹੇ ਸੀਗੇ ਜੀ ਮਾਮਾ ਮਾਮੀ ਨੇ ਮੇਰੇ ਹਾਂ ਹਾਂ ਤੇ ਸਾਡੇ ਮਿਲਣ ਵਾਸਤੇ ਆ ਰਹੇ ਸੀਗੇ ਤੁਹਾਡੇ ਕੋਲ ਆ ਰਹੇ ਹਾਂਜੀ ਹਾਂਜੀ ਕਿੱਥੋਂ ਆ ਰਹੇ ਕਿੱਥੇ ਜਲੰਧਰ ਤੋਂ ਆ ਰਹੇ ਸੀਗੇ ਸਰ ਇਹਨਾਂ ਦਾ ਰਸਤੇ 'ਚ ਇੱਥੇ ਆਪਣੇ ਸ਼ਹਿਰ ਦੇ ਕੋਲ ਆ ਕੇ ਐਕਸੀਡੈਂਟ ਹੋਇਆ ਕਿਹੜੇ ਰੋਡ ਦੇ ਨਾਲ ਕਿਹੜੇ ਰੋਡ ਤੇ ਕੱਚਾ ਜੀਰਾ ਰੋਡ ਵੱਜਦਾ ਜੀ ਹਾਂਜੀ ਹਾਂਜੀ ਭਿਆਨਕ ਐਕਸੀਡੈਂਟ ਸੀ ਕਿੱਦਾਂ ਬਹੁਤ ਜ਼ਿਆਦਾ ਜੀ ਕਹਿ ਨਹੀਂ ਸਕਦੇ ਬਹੁਤ ਜ਼ਿਆਦਾ ਭਿਆਨਕ ਮੌਕੇ ਤੇ ਮੌਤ ਮੌਕੇ ਤੇ ਮੌਤ ਦੋਨਾਂ ਦੀ ਹਾਂ ਹਾਂ ਸਰ ਜਿਹੜਾ ਇੱਕ ਐਕਸੀਡੈਂਟ ਹੋਇਆ ਸੀਗਾ ਦੋਵਾਂ ਮੀਆਂ ਬੀਬੀ ਕੀ ਕਾਰਨ ਜਿਹੜਾ ਇਹ ਐਕਸੀਡੈਂਟ ਹੋਇਆ ਇਹ ਅਚਾਨਕ ਦੇ ਕੁਦਰਤੀ ਹੋਇਆ ਅਮਿਤ ਕੁਮਾਰ ਸਾਨੂੰ ਤਾਰਾ ਚੰਦ ਵਾਸੀ ਇਨਕਮ ਟੈਕਸ ਕਲੋਨੀ ਜਲੰਧਰ ਆਪਣੀ ਪਤਨੀ ਸੋਨੀਆ ਦੇ ਨਾਲ ਜਲੰਧਰੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਇੱਥੇ ਆ ਰਿਹਾ ਸੀਗਾ ਫਿਰੋਜ਼ਪੁਰ ਜੋ ਅਚਾਨਕ ਹੀ ਰਾਤ 11:30 16 ਤਰੀਕ ਦੀ ਰਾਤ ਨੂੰ ਇਹ ਤੇਜ਼ ਰਫ਼ਤਾਰ ਮੋਟਰਸਾਈਕਲ 'ਤੇ ਆ ਰਹੇ ਸੀ ਅਤੇ ਇਹਨਾਂ ਨੇ ਇਹਨਾਂ ਨੂੰ ਇਸ ਇਲਾਕੇ ਦੀ ਸਮਝ ਨਹੀਂ ਸੀਗੀ ਵੀ ਇਸ ਇਲਾਕੇ ਦੇ ਵਿੱਚ ਕਿਤੇ ਕੋਈ ਖਰਾਬ ਹੈ ਜਾਂ ਮੋੜ ਹੈ ਤੇਜ਼ ਰਫ਼ਤਾਰ ਮੋਟਰਸਾਈਕਲ ਹੋਣ ਕਰਕੇ ਮੋਟਰਸਾਈਕਲ ਸਫੇਦੇ ਵਿੱਚ ਵੱਜਿਆ ਸਫੇਦੇ ਦੇ ਵੱਜਣ ਕਰਕੇ ਇਹਨਾਂ ਦਾ ਐਟ ਦਾ ਸਪੋਟ ਮੌਕੇ 'ਤੇ ਡੈਥ ਹੋ ਗਈ ਦੋਨਾਂ ਦੀ ਡੈਥ ਹੋ ਗਈ ਹਾਂ ਦੋਨਾਂ ਜੀਆਂ ਦੀ ਮੌਕੇ 'ਤੇ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਹਾਂ ਲਾਸ਼ਾਂ ਨੂੰ ਕਬਜ਼ੇ ਲੈ ਕੇ 174 ਦੀ ਕਾਰਵਾਈ ਕੀਤੀ ਹੈ ਅਤੇ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ